ਰਾਮ ਰਹੀਮ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਅੱਜ ਉਹਨਾਂ ਦੀ ਵੀ ਦਿਨਾਂ ਦੀ ਪੈਰੋਲ ਖਤਮ ਹੋ ਚੁੱਕੀ ਹੈ ਤੇ ਮੁਰ ਤੋਂ ਰਾਮ ਰਹੀਮ ਜੇਲ੍ਹ ਜਾਣਗੇ ਤੇ ਉੱਥੇ 2 ਵਜੇ ਆਸ਼ਰਮ ਤੋਂ ਕਾਫਲਾ ਨਿਕਲੇਗਾ ਤੇ ਜਿਸ ਦੇ ਵਿੱਚ ਰਾਮ ਰਹੀਮ ਦੀ ਜੇਲ੍ਹ ਦੇ ਵਿੱਚ ਵਾਪਸੀ ਹੋਵੇਗੀ ਤੇ ਦੱਸਦੀ ਹੈ ਕਿ ਰਾਮ ਰਹੀਮ ਨੂੰ ਬੀਤੇ ਦਿਨਾਂ ਦੇ ਵਿੱਚ ਪੈਰੋਲ ਮਿਲੀ ਤੇ ਜਿਸ ਤੋਂ ਬਾਅਦ ਉੱਥੇ ਹੀ ਕੁਝ ਸ਼ਰਤਾਂ ਦੇ ਨਾਲ ਉਹਨਾਂ ਨੂੰ ਬਾਹਰ ਲਿਆਂਦਾ ਗਿਆ ਸੀ ਤੇ ਜਿਸ ਦੇ ਦੌਰਾਨ ਅੱਜ ਪੈਰੋਲ ਹੈ ਜਿਹੜੀ ਕਿ ਖਤਮ ਹੋ ਚੁੱਕੀ ਹੈ ਤੇ ਜਿਸ ਨੂੰ ਲੈ ਕੇ ਦੱਸਦੀ ਹੈ ਕਿ ਪਹਿਲਾਂ ਉਹਨਾਂ ਨੂੰ ਪੈਰੋਲ ਮਿਲੀ ਸੀ ਤੇ ਜਿਸ ਦੇ ਵਿੱਚ 24 ਅਕਤੂਬਰ 2020 ਨੂੰ ਜਿਹੜੀ ਕਿ ਪਰੋਲ ਮਿਲੀ ਸੀ ਤੇ ਹਸਪਤਾਲ ਦੇ ਵਿੱਚ ਉਹਨਾਂ ਦੀ ਮਾਤਾ ਭਰਤੀ ਸੀ ਤੇ ਜਿਸ ਦੇ ਵਿੱਚ ਇੱਕ ਦਿਨਾਂ ਦੀ ਪਰੋਲ ਰਾਮ ਰਹਿਮ ਨੂੰ ਮਿਲੀ ਤੇ ਉਸ ਤੋਂ ਬਾਅਦ 21 ਮਈ 2021 ਨੂੰ ਜਿਹੜਾ ਕਿ ਫਿਰ ਉਹਨਾਂ ਨੂੰ 12 ਘੰਟਿਆਂ ਦੀ ਪਰੋਲ ਮਿਲੀ ਤੇ ਜਿਸ ਦੇ ਵਿੱਚ ਉਹ ਦੂਜੀ ਵਾਰ ਆਪਣੀ ਮਾਤਾ ਨੂੰ ਮਿਲਣ ਗਏ ਤੇ ਉਸ ਤੋਂ ਬਾਅਦ 7 ਫਰਵਰੀ 2022 ਨੂੰ ਜਿਹੜਾ ਕਿ ਪਰਿਵਾਰ ਨੂੰ ਮਿਲਣ ਦੇ ਲਈ 21 ਦਿਨਾਂ ਦੀ ਉਹਨਾਂ ਨੂੰ ਛੁੱਟੀ ਮਿਲੀ ਤੇ ਉੱਥੇ ਹੀ ਇਸ ਤੋਂ ਬਾਅਦ ਜੂਨ 2022 ਨੂੰ 30 ਦਿਨਾਂ ਦੀ ਪੈਰੋਲ ਜਿਹੜੀ ਕਿ ਮਿਲੇ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਯੂਪੀ ਦੇ ਬਾਗਵੰਤ ਆਸ਼ਰਮ ਦੇ ਵਿੱਚ ਭੇਜਿਆ ਗਿਆ ਤੇ 14 ਅਕਤੂਬਰ 2022 ਨੂੰ ਜਿਹੜੀ ਕਿ 40 ਦਿਨਾਂ ਦੀ ਪਰੋਲ ਰਾਮ ਰਹਿਮ ਨੂੰ ਮਿਲੀ ਤੇ ਜਿਸ ਦੇ ਵਿੱਚ ਉੱਥੇ ਹੀ 21 ਜਨਵਰੀ 2023 ਨੂੰ 6ਵੀਂ ਬਾਰ ਪਰੋਲ ਜਿਹੜੀ ਕਿ 40 ਦਿਨਾਂ ਦੀ ਮਿਲੀ ਤੇ ਜਿਸ ਦੇ ਦੌਰਾਨ ਉਸ ਤੋਂ ਬਾਅਦ ਜਨਮ ਦਿਨ ਤੇ ਸ਼ਾਮਿਲ ਹੋਣ ਦੇ ਲਈ ਉਹ ਬਾਹਰ ਆਏ ਸੀ ਤੇ ਜਿਸ ਦੇ ਦੌਰਾਨ 20 ਜੁਲਾਈ 2023 ਨੂੰ ਜਿਹੜੀ ਕਿ 7ਵੀਂ ਬਾਰ 30 ਦਿਨਾਂ ਦੀ ਜਿਹੜੀ ਕਿ ਪਰੋਲ ਰਾਮ ਰਹਿਮ ਨੂੰ ਮੁੜ ਮਿਲੀ

ਤੇ 21 ਨਵੰਬਰ 2023 ਨੂੰ ਜਿਹੜੀ ਕਿ 21 ਦਿਨਾਂ ਦੀ ਉਹਨਾਂ ਨੂੰ ਪੈਰੋਲ ਮਿਲੀ ਤੇ 19 ਜਨਵਰੀ 2024 ਨੂੰ ਜਿਹੜੀ ਕਿ 50 ਦਿਨਾਂ ਦੇ ਲਈ ਫਰਲੋ ਤੇ ਬਾਹਰ ਰਾਮ ਰਹੀਮਾਇਸੀ ਤੇ ਹੁਣ 13 ਅਗਸਤ 2024 ਨੂੰ 21 ਦਿਨਾਂ ਦੀ ਉਹਨਾਂ ਨੂੰ ਫਿਰ ਤੋਂ ਪੈਰੋਲ ਮਿਲੀ ਤੇ ਜਿਸ ਦੇ ਦੌਰਾਨ ਅੱਜ ਉਹਨਾਂ ਦੀ ਪੈਰੋਲ ਹੈ ਜਿਹੜੀ ਕਿ ਖਤਮ ਹੋ ਚੁੱਕੀ ਤੇ ਕਾਫੀ ਵਾਰ ਉਹਨਾਂ ਨੂੰ ਪੈਰੋਲ ਜਿਹੜੀ ਕਿ ਮਿਲ ਚੁੱਕੀ ਹੈ ਤੇ ਇਸ ਤੋਂ ਬਾਅਦ ਲਗਾਤਾਰ ਸਿੱਖ ਜਥੇਬੰਦੀਆਂ ਵੀ ਵਿਰੋਧ ਕਰ ਰਹੀਆਂ ਨੇ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਲਗਾਤਾਰ ਐਸ.ਸੀ.ਪੀ.ਸੀ ਨੇ ਵੀ ਵਿਰੋਧ ਕੀਤਾ ਤੇ ਉੱਥੇ ਹੀ ਕੁਝ ਸਿੱਖ ਜ ਪੜਕਦੀਆਂ ਹੋਈਆਂ ਨਜ਼ਰ ਆਈਆਂ ਸੀ ਤੇ ਅੱਜ 20 ਦਿਨਾਂ ਦੀ ਪੈਰੋਲ ਪੂਰੀ ਕਰ ਚੁੱਕੇ ਨੇ ਰਾਮ ਰਹੀਮ ਤੇ ਹੁਣ ਮੁੜ ਤੋਂ ਆਸ਼ਰਮ ਤੋਂ ਬਾਅਦ ਸਿੱਧਾ ਜੇਲ੍ਹ ਜਾਣਗੇ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਫਿਰ ਤੋਂ ਜਿਹੜਾ ਕਿ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇਗਾ ਤੇ ਜਿਸ ਦੇ ਦੌਰਾਨ 2 ਵਜੇ ਉਹਨਾਂ ਦਾ ਕਾਫਲਾ ਤੁਰੇਗਾ ਆਸ਼ਰਮ ਤੋਂ ਕਾਫਲਾ ਤੁਰੇਗਾ ਤੇ ਜਿਸ ਦੇ ਵਿੱਚ ਹੁਣ ਰਾਮ ਰਹੀਮ ਦੀ ਪੈਰੋਲ ਹੈ ਜਿਹੜੀ ਕਿ ਅੱਜ ਖਤਮ ਹੋ ਚੁੱਕੀ ਹੈ ਦੀ ਵੀ ਦਿਨਾਂ ਦੀ ਪੈਰੋਲ ਖਤਮ ਹੋ ਚੁੱਕੀ ਹੈ ਤੇ ਮੁਰ ਤੋਂ ਰਾਮ ਰਹੀਮ ਜੇਲ ਜਾਣਗੇ ਤੇ ਉੱਥੇ 2 ਵਜੇ ਆਸ਼ਰਮ ਤੋਂ ਕਾਫਲਾ ਨਿਕਲੇਗਾ ਤੇ ਜਿਸ ਦੇ ਵਿੱਚ ਰਾਮ ਰਹੀਮ ਦੀ ਜੇਲ ਦੇ ਵਿੱਚ ਵਾਪਸੀ ਹੋਵੇਗੀ ਤੇ ਦੱਸਦੀ ਹੈ ਕਿ ਰਾਮ ਰਹੀਮ ਨੂੰ ਬੀਤੇ ਦਿਨਾਂ ਦੇ ਵਿੱਚ ਪੈਰੋਲ ਮਿਲੀ ਤੇ ਜਿਸ ਤੋਂ ਬਾਅਦ ਉੱਥੇ ਹੀ ਕੁਝ ਸ਼ਰਤਾਂ ਦੇ ਨਾਲ ਉਹਨਾਂ ਨੂੰ ਬਾਹਰ ਲਿਆਂਦਾ ਗਿਆ ਸੀ ਤੇ ਜਿਸ ਦੇ ਦੌਰਾਨ ਅੱਜ ਪੈਰੋਲ ਹੈ ਜਿਹੜੀ ਕਿ ਖਤਮ ਹੋ ਚੁੱਕੀ ਹੈ ਤੇ ਜਿਸ ਨੂੰ ਲੈ ਕੇ ਦੱਸਦੀ ਹੈ ਕਿ ਪਹਿਲਾਂ ਉਹਨਾਂ ਨੂੰ ਪੈਰੋਲ ਮਿਲੀ ਸੀ ਤੇ ਜਿਸ ਦੇ ਵਿੱਚ 24 ਅਕਤੂਬਰ 2020 ਨੂੰ ਜਿਹੜੀ ਕਿ ਪੈਰੋਲ ਮਿਲੀ ਸੀ ਤੇ ਹਸਪਤਾਲ ਦੇ ਵਿੱਚ ਉਹਨਾਂ ਦੀ ਮਾਤਾ ਭਰਤੀ ਸੀ ਤੇ ਜਿਸ ਦੇ ਵਿੱਚ ਇੱਕ ਦਿਨਾਂ ਦੀ ਪੈਰੋਲ ਰਾਮ ਰਹਿਮ ਨੂੰ ਮਿਲੀ ਤੇ ਉਸ ਤੋਂ ਬਾਅਦ 21 ਮਈ 2021 ਨੂੰ ਜਿਹੜਾ ਕਿ ਫਿਰ ਉਹਨਾਂ ਨੂੰ 12 ਘੰਟਿਆਂ ਦੀ ਪੈਰੋਲ ਮਿਲੀ ਤੇ ਜਿਸ ਦੇ ਵਿੱਚ ਉਹ ਦੂਜੀ ਵਾਰ ਆਪਣੀ ਮਾਤਾ ਨੂੰ ਮਿਲਣ ਗਏ ਤੇ ਉਸ ਤੋਂ ਬਾਅਦ 7 ਫਰਵਰੀ 2022 ਨੂੰ ਜਿਹੜਾ ਕਿ ਪਰਿਵਾਰ ਨੂੰ ਮਿਲਣ ਦੇ ਲਈ 21 ਦਿਨਾਂ ਦੀ ਉਹਨਾਂ ਨੂੰ ਛੁੱਟੀ ਮਿਲੀ ਤੇ ਉੱਥੇ ਹੀ ਇਸ ਤੋਂ ਬਾਅਦ ਜੂਨ 2022 ਨੂੰ 30 ਦਿਨਾਂ ਦੀ ਪੈਰੋਲ ਜਿਹੜੀ ਕਿ ਮਿਲੇ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਯੂਪੀ ਦੇ ਬਾਗਵੰਤ ਆਸ਼ਰਮ ਦੇ ਵਿੱਚ ਭੇਜਿਆ ਗਿਆ ਤੇ 14 ਅਕਤੂਬਰ 2022 ਨੂੰ ਜਿਹੜੀ ਕਿ 40 ਦਿਨਾਂ ਦੀ ਪਰੋਲ ਰਾਮ ਰਹਿਮ ਨੂੰ ਮਿਲੀ ਤੇ ਜਿਸ ਦੇ ਵਿੱਚ ਉੱਥੇ ਹੀ 21 ਜਨਵਰੀ 2023 ਨੂੰ 6ਵੀਂ ਬਾਰ ਪਰੋਲ ਜਿਹੜੀ ਕਿ 40 ਦਿਨਾਂ ਦੀ ਮਿਲੀ ਤੇ ਜਿਸ ਦੇ ਦੌਰਾਨ ਉਸ ਤੋਂ ਬਾਅਦ ਜਨਮ ਦਿਨ ਤੇ ਸ਼ਾਮਿਲ ਹੋਣ ਦੇ ਲਈ ਉਹ ਬਾਹਰ ਆਏ ਸੀ ਤੇ ਜਿਸ ਦੇ ਦੌਰਾਨ 20 ਜੁਲਾਈ 2023 ਨੂੰ ਜਿਹੜੀ ਕਿ 7ਵੀਂ ਬਾਰ 30 ਦਿਨਾਂ ਦੀ ਜਿਹੜੀ ਕਿ ਪਰੋਲ ਰਾਮ ਰਹਿਮ ਨੂੰ ਮੁੜ ਮਿਲੀ ਤੇ 21 ਨਵੰਬਰ 2023 ਨੂੰ ਜਿਹੜੀ ਕਿ 21 ਦਿਨਾਂ ਦੀ ਉਹਨਾਂ ਨੂੰ ਪੈਰੋਲ ਮਿਲੀ ਤੇ 19 ਜਨਵਰੀ 2024 ਨੂੰ ਜਿਹੜੀ ਕਿ 50 ਦਿਨਾਂ ਦੇ ਲਈ ਫਰਲੋ ਤੇ ਬਾਹਰ ਰਾਮ ਰਹੀਮਾਇ ਸੀ ਤੇ ਹੁਣ 13 ਅਗਸਤ 2024 ਨੂੰ 21 ਦਿਨਾਂ ਦੀ ਉਹਨਾਂ ਨੂੰ ਫਿਰ ਤੋਂ ਪੈਰੋਲ ਮਿਲੀ ਤੇ ਜਿਸ ਦੇ ਦੌਰਾਨ ਅੱਜ ਉਹਨਾਂ ਦੀ ਪੈਰੋਲ ਹੈ ਜਿਹੜੀ ਕਿ ਖਤਮ ਹੋ ਚੁੱਕੀ ਤੇ ਕਾਫੀ ਵਾਰ ਉਹਨਾਂ ਨੂੰ ਪੈਰੋਲ ਜਿਹੜੀ ਕਿ ਮਿਲ ਚੁੱਕੀ ਹੈ ਤੇ ਇਸ ਤੋਂ ਬਾਅਦ ਲਗਾਤਾਰ ਸਿੱਖ ਜਥੇਬੰਦੀਆਂ ਵੀ ਵਿਰੋਧ ਕਰ ਰਹੀਆਂ ਨੇ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਲਗਾਤਾਰ ਐਸਜੀਪੀਸੀ ਨੇ ਵੀ ਵਿਰੋਧ ਕੀਤਾ ਤੇ ਉੱਥੇ ਹੀ ਕੁਝ ਸਿੱਖ ਜਥੇਬ ਪੜਕਦੀਆਂ ਹੋਈਆਂ ਨਜ਼ਰ ਆਈਆਂ ਸੀ ਤੇ ਅੱਜ 20 ਦਿਨਾਂ ਦੀ ਪੈਰੋਲ ਪੂਰੀ ਕਰ ਚੁੱਕੇ ਨੇ ਰਾਮ ਰਹੀਮ ਤੇ ਹੁਣ ਮੁਰ ਤੋਂ ਆਸ਼ਰਮ ਤੋਂ ਬਾਅਦ ਸਿੱਧਾ ਜੇਲ੍ਹ ਜਾਣਗੇ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਫਿਰ ਤੋਂ ਜਿਹੜਾ ਕਿ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇਗਾ ਤੇ ਜਿਸ ਦੇ ਦੌਰਾਨ 2 ਵਜੇ ਉਹਨਾਂ ਦਾ ਕਾਫਲਾ ਤੁਰੇਗਾ ਆਸ਼ਰਮ ਤੋਂ ਕਾਫਲਾ ਤੁਰੇਗਾ ਤੇ ਜਿਸ ਦੇ ਵਿੱਚ ਹੁਣ ਰਾਮ ਰਹੀਮ ਦੀ ਪੈਰੋਲ ਹੈ ਜਿਹੜੀ ਕਿ ਅੱਜ ਖਤਮ ਹੋ ਚੁੱਕੀ ਹੈ